ਮਸੀਹੀ تعلیم ਦੇ ਸਾਰੇ ਹੀ ਬੱਚਿਆਂ ਨੂੰ ਜੈ ਯਿਸੂ ਮਸੀਹ ਦੀ ਮੈਨੂੰ ਆਸ਼ਾ ਹੈ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਹੋ ਅੱਜ ਅਸੀਂ ਪਵਿੱਤਰ ਬਾਈਬਲ ਦੀ ਇਤਿਹਾਸ ਇਜ਼ਰਾਈਲੀਆਂ ਦੀ ਮੁਕਤੀ ਦਾ ਸਫ਼ਰ ਯਿਸੂ ਦੇ ਨਾਲ ਚੱਲਣਾ 6ਵੀਂ ਜਮਾਤ ਪਾਗ ਪਹਿਲੇ ਵਿੱਚੋਂ ਅਧਿਆਇ 8ਵਾਂ ਪੜਨ ਜਾ ਰਹੇ ਹਾਂ 다উদ 다라ਜ ਇਸਬਾਲ 사울 ਦੀ ਮੌਤ ਦੇ ਪਿੱਛੋਂ 다উদ ਨੂੰ ਯਹੂਦਾ ਦੇ ਲੋਕਾਂ ਦਾ ਬਾਦਸ਼ਾਹ ਮਕਸੂਸ ਕੀਤਾ ਗਿਆ ਪਰ 사울 ਦੀ ਫੌਜ ਤੇ ਇੱਕ ਜਨਰਲ ਨੇ 사울 ਦੇ ਪੁੱਤਰ ਇਸਬਾਲ ਨੂੰ ਇਜ਼ਰਾਈਲ ਦੇ ਤਖਤ ਉੱਤੇ ਬਿਠਾ ਦਿੱਤਾ ਦੋਹਾਂ ਦੀਆਂ ਨੇ ਇੱਕ ਦੂਜੇ ਦੇ ਖਿਲਾਫ ਹਥਿਆਰ ਚੁੱਕ ਲਏ ਅਤੇ ਇਜ਼ਰਾਈਲ ਦੇ ਸਿਪਾਹੀਆਂ ਨੂੰ ਹਾਰ ਹੋਈ ਜੋ ਆਪ ਦੇ ਪ੍ਰਾ ਅਜ਼ਾਇਲ ਨੂੰ ਅਬਨੇਰ ਨੇ ਕਤਲ ਕਰ ਦਿੱਤਾ ਅਬਨੇਰ ਦਾ ਮਾਰਿਆ ਜਾਣਾ ਇਸ ਪਾਸ ਅਬਨੇਰ ਨਾਲ ਪੈਣਾ ਸਲੂਕ ਕਰਦਾ ਸੀ ਇਸ ਲਈ ਅਬਨੇਰ ਨੇ ਆਪਣੀਆਂ ਸੇਵਾਵਾਂ 다ਊਦ ਨੂੰ ਪੇਸ਼ ਕੀਤੀਆਂ ਜੋ ਉਸ ਨੇ ਖੁਸ਼ੀ ਨਾਲ ਕਬੂਲ ਕਰ ਲਈਆਂ ਪਰ ਜਦੋਂ ਅਬਨੇਰ ਹਬਰੂਨ ਵਿੱਚ ਆਇਆ ਤਾਂ ਉਸ ਨੂੰ ਯੋਆਬ ਨੇ ਮਾਰ ਸੁੱਟਿਆ 다ਊਦ ਨੂੰ ਇਸ ਗੱਲ ਦਾ ਬਹੁਤ ਦੁੱਖ ਪਹੁੰਚਿਆ ਇਸਬਾਲ ਦੀ ਮੌਤ ਜਦੋਂ ਇਸਬਾਲ ਸੁੱਤਾ ਹੋਇਆ ਸੀ ਉਸਨੇ ਆਪਣੇ ਦੋ ਅਵਸਰਾਂ ਨੇ ਉਸ ਦਾ ਸਿਰ ਵੱਢ ਦਿੱਤਾ ਅਤੇ 다ਊਦ ਕੋਲ ਇਸ ਆਸ ਲੱਗ ਗਈ ਕਿ ਉਹ ਉਹਨਾਂ ਨੂੰ ਉਹਨਾਂ ਦੇ ਭਿਆਨਕ ਜੁਰਮ ਦੀ ਸਜ਼ਾ ਦਿੱਤੀ ਜਾਵੇ ਸੋ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸਾਰੇ ਲੋਕਾਂ ਨੇ 다ਊਦ ਦੀ ਨੇਕੀ ਦੀ ਤਾਰੀਫ ਕੀਤੀ ਸਾਰੇ ਇਜ਼ਰਾਈਲੀਆਂ ਨੇ ਹਬਰੂਨ ਵਿੱਚ ਇਕੱਠੇ ਹੋ ਕੇ 다우드 ਨੂੰ ਆਪਣਾ ਬਾਦਸ਼ਾਹ ਕਬੂਲ ਕਰ ਲਿਆ ਸਿਯੋਨ ਤੇ ਕਬਜ਼ਾ ਇਸ ਗੱਲ ਦੀ ਯਾਦ ਵਿੱਚ 다우드 ਨੇ ਯਰੂਸ਼ਲਮ ਉੱਤੇ ਚੜਾਈ ਕਰ ਦਿੱਤੀ ਉੱਥੋਂ ਦੇ ਲੋਕ ਉਸ ਨੂੰ ਮਖੌਲ ਕਰਨ ਲੱਗੇ ਕਿਉਂਕਿ ਉਹਨਾਂ ਨੂੰ ਆਪਣੇ ਸ਼ਹਿਰ ਦੀ ਫਸੀਲ ਤੇ ਮਾਨ ਸੀ ਪਰ ਉਸ ਨੇ ਇਸ ਸ਼ਹਿਰ ਨੂੰ ਫਤਿਹ ਕਰਕੇ ਉਸ ਨੂੰ ਆਪਣਾ ਸਦਰ ਮਕਾਮ ਬਣਾ ਲਿਆ ਯਰੂਸ਼ਲਮ ਦੀ ਫਤਿਹ ਦੇ ਪਿੱਛੋਂ 다우드 ਨੇ ਫਲੇਸਤੀਨੀਆ ਨੂੰ ਪੂਰੀ ਸਿੱਖਿਆ ਦੇ ਦਿੱਤੀ ਅਤੇ ਉਹਨਾਂ ਦੇ ਕਈ ਸ਼ਹਿਰ ਸਾੜ ਦਿੱਤੇ ਨੇਮ ਦਾ ਸੰਦੂਕ ਆਪਣੇ ਤਾਜ ਨੂੰ ਆਸਮਾਨੀ ਸ਼ਕਤੀ ਹੇਠ ਸੁਰੱਖਿਅਤ ਰੱਖਣ ਲਈ 다ਊਦ ਨੇਮ ਦੇ ਸੰਦੂਕ ਨੂੰ ਯਰੂਸ਼ਲਮ ਵਿੱਚ ਲੈ ਆਇਆ ਸਫ਼ਰ ਦੇ ਦੌਰਾਨ ਇੱਕ ਸਮੇਂ ਸੰਦੂਕ ਡਿੱਗਣ ਲੱਗਾ ਤਾਂ ਅਬੀਨਾਦਾ ਦੇ ਪੁੱਤਰ ਯੋਜਾ ਨੇ ਉਸ ਨੂੰ ਰੋਕਣ ਲਈ ਆਪਣਾ ਹੱਥ ਵਧਾਇਆ ਪਰ ਉਹ ਉਸੇ ਵੇਲੇ ਡਿੱਗ ਕੇ ਮਰ ਗਿਆ ਕਿਉਂਕਿ ਇੰਜ ਕਰਨ ਨਾਲ ਉਸਨੇ ਕਾਨੂੰਨ ਤੋੜ ਦਿੱਤਾ ਸੀ 다উদ tinha jeta 다উদ ਨੇ ਫਲੇਸਤੀਨੀਆ ਕੋਲੋਂ ਉਹਨਾਂ ਦੀ ਸਾਰੀ ਜਾਇਦਾਦ ਖੋ ਲਈ ਸੋਬਾ ਦਾ ਬਾਦਸ਼ਾ ਉਸ ਦਾ ਸਭ ਤੋਂ ਵੱਡਾ ਵੈਰੀ ਸੀ 다উদ ਨੇ ਇਸ ਬਾਦਸ਼ਾ ਨੂੰ ਅਤੇ ਉਸ ਦੇ ਸਾਰਿਆਂ ਹਮਾਇਤਾਂ ਨੂੰ ਤਬਾਹ ਕਰ ਦਿੱਤਾ ਇਸ ਦੇ ਪਿੱਛੋਂ ਉਸਨੇ ਅਮੋਨੀਆ ਦੀ ਤਾਕਤ ਨੂੰ ਖਤਮ ਕੀਤਾ ਦਾਉਦੀ ਹਕੂਮਤ ਦਰਿਆ ਫਰਾਤ ਤੋਂ ਲੈ ਕੇ ਪੂਮਤ ਸਾਗਰ ਤੱਕ ਅਤੇ ਫਿੰਸੀਆ ਤੋਂ ਲੈ ਕੇ ਅਰਬ ਸਾਗਰ ਤੱਕ ਫੈਲੀ ਹੋਈ ਸੀ ਦਾਉਦ ਦਾ ਅਪਰਾਧ ਦਾਉਦ ਨੇ ਆਪਣੇ ਮਹਿਲ ਦੀ ਛੱਤ ਤੋਂ ਇੱਕ ਸੁੰਦਰ ਨਾਰੀ ਬਦਸ਼ਬਾਨ ਨੂੰ ਵੇਖਿਆ ਜੋ ਉਸ ਦੇ ਇੱਕ ਅਫਸਰ ਯੂਰੀਆ ਦੀ ਪਤਨੀ ਸੀ ਉਸ ਔਰਤ ਨੂੰ ਹਾਸਲ ਕਰਨ ਲਈ ਅਤੇ ਉਸ ਨੂੰ ਆਪਣੀ ਪਤਨੀ ਬਣਾਉਣ ਲਈ ਦਾਊਦ ਨੇ ਯੂਰੀਆ ਨੂੰ ਕਤਲ ਕਰ ਦਿੱਤਾ ਕਰਨ ਦਾ ਇਰਾਦਾ ਬਣਾ ਲਿਆ ਜਦ ਫੌਜਾਂ جنگ ਲਈ ਚੜ੍ਹ ਲਗੀਆਂ ਤਾਂ ਉਸ ਨੇ ਯੋਆਬ ਨੂੰ ਹੁਕਮ ਦਿੱਤਾ ਕਿ ਯੂਰੀਆ ਨੂੰ ਸਭ ਤੋਂ ਅੱਗੇ ਜਿੱਥੇ ਖੂਬ ਲੜਾਈ ਹੋ ਰਹੀ ਹੋਵੇ ਰੱਖਿਆ ਜਾਵੇ ਇਸ ਤਰ੍ਹਾਂ ਯੂਰੀਆ جنگ ਵਿੱਚ ਮਾਰਿਆ ਗਿਆ ਦਾਊਦ ਦੀ ਸਜ਼ਾ ਇੱਕ ਸਾਲ ਗੁਜ਼ਰ ਜਾਣ ਤੋਂ ਬਾਅਦ ਨਾਥਨ نبی ਦਾਊਦ ਕੋਲ ਆਇਆ ਅਤੇ ਉਸ ਨੂੰ ਉਸ ਦਾ ਗੁਨਾਹ ਯਾਦ ਕਰਾਇਆ ਉਸਨੇ ਇਹ ਵੀ ਆਖਿਆ ਕਿ ਜੋ ਲੜਕਾ ਬਦਸਵਾ ਜਨਮ ਦੇਵੇਗੀ ਉਮਰ ਚਾਏਗਾ ਇਸ ਤੋਂ ਥੋੜੇ ਹੀ ਚਿਰ ਪਿਛੋਂ 다ਉਦ ਦੇ ਕਾਰ ਵਿੱਚ ਮੁਸੀਬਤਾਂ ਖੜੀਆਂ ਹੋ ਗਈਆਂ ਅਬ ਸਲੋਮ ਆਪਣੇ ਮਤਰੇ ਪ੍ਰਾ ਅਮਨੋਨ ਨੂੰ ਕਤਲ ਕਰਕੇ ਦੇ ਛੱਡ ਕੇ ਦੌੜ ਗਿਆ ਬਾਦਾਉਦ ਨੇ ਉਸ ਨੂੰ ਮਾਫ ਕਰ ਦਿੱਤਾ ਇਸ ਲਈ ਉਮਰ ਆਇਆ ਥੋੜੇ ਚਿਰ ਮਗਰੋਂ ਅਬਸਲੋਮ ਨੇ ਆਪਣੇ ਕੁਝ ਹਾਮੀ ਇਕੱਠੇ ਕੀਤੇ ਅਤੇ ਆਪਣੇ ਆਪ ਨੂੰ ਇਜ਼ਰਾਈਲ ਦਾ ਬਾਦਸ਼ਾਹ ਘੋਸ਼ਿਤ ਕਰ ਦਿੱਤਾ 다ਊਦ ਨੂੰ ਨਸਣਾ ਪੈ ਗਿਆ ਅਬਸ਼ਲੋਮ ਨੇ ਖੁੱਲੇ ਤੌਰ ਤੇ ਬੜੇ ਗੰਭੀਰ ਪਾਪ ਕੀਤੇ 다ਊਦ ਨੇ ਫਿਰ ਸੈਨਾ ਸੰਗਠਨ ਕੀਤੀ ਤੇ ਅਬਸ਼ਲੋਮ ਨੂੰ ਹਾਰ ਦਿੱਤੀ ਕੋੜੇ ਉੱਪਰ ਨਸੇ ਜਾਂਦਿਆਂ ਅਬਸ਼ਲੋਮ ਦੇ ਵਾਲ ਇੱਕ ਦਰਖਤ ਵਿੱਚ ਫਸ ਗਏ ਉੱਥੇ ਲਟਕੇ ਹੋਏ ਨੂੰ ਯੋਆਬ ਨੇ ਕਤਲ ਕਰ ਦਿੱਤਾ ਦਾਊਦ ਦਾ ਨਵਾਂ ਅਪਰਾਧ ਆਬਸਲੋਮ ਦੀ ਮੌਤ ਦੇ ਨਾਲ ਜੰਗ ਖਤਮ ਹੋ ਗਈ ਅਤੇ ਦਾਊਦ ਸ਼ਾਨਦਾਰ ਕਾਮਯਾਬੀ ਦੇ ਨਾਲ ਵਾਪਸ ਆਇਆ। غرور ਵਿੱਚ ਆ ਕੇ ਉਸਨੇ ਬਿਨਾਂ ਕਿਸੇ ਲੋੜ ਤੋਂ ਜੰਗੜਨਾ ਕਰਾਈ। ਖੁਦਾ ਨੇ ਉਸ ਨੂੰ ਡਾਂਡ ਦੇਣ ਲਈ ਮੁਲਕ ਵਿੱਚ ਪਲੇਗ ਦੀ ਬਿਮਾਰੀ ਭੇਜੀ ਜਿਸ ਨਾਲ 70 ਹਜ਼ਾਰ ਬੰਦੇ ਮਾਰੇ ਗਏ। ਸੁਲੇਮਾਨ ਦਾ ਅਭਿਸ਼ੇਕ ਕੀਤਾ ਜਾਣਾ ਦਾਊਦ ਬਹੁਤ ਬਜ਼ੁਰਗ ਹੋ ਗਿਆ ਸੀ ਉਸਨੇ ਆਪਣੇ ਪੁੱਤਰ ਸੁਲੇਮਾਨ ਨੂੰ ਬਾਦਸ਼ਾਹ ਅਭਿਸ਼ੇਕ ਕੀਤਾ ਸਾਰੇ ਇਜ਼ਰਾਈਲੀ ਉਸੇ ਤਾਬਿਆਦਾਰੀ ਕਰਦੇ ਸਨ ਦਾਊਦ ਦੀ ਮੌਤ ਦਾਊਦ ਨੇ ਸੁਲੇਮਾਨ ਨੂੰ ਆਪਣੀ ਆਖਰੀ ਵਸੀਅਤ ਵਿੱਚ ਕਿਹਾ ਕਿ ਉਹ ਹਮੇਸ਼ਾ ਖੁਦਾ ਦੀ ਰਾਹ ਉਤੇ ਚੱਲੇ ਅਤੇ ਉਸਦੇ ਹੁਕਮਾਂ ਤੇ ਕਾਨੂੰਨਾਂ ਦਾ ਅਮਲ ਕਰੇ ਦਾਊਦ 70 ਸਾਲ ਦੀ ਉਮਰ ਵਿੱਚ ਮਰ ਗਿਆ ਉਸਨੇ 40 ਸਾਲ ਹਕੂਮਤ ਕੀਤੀ 7 ਸਾਲ ਹਬਰੂਨ ਵਿੱਚ ਅਤੇ 33 ਸਾਲ ਯਰੂਸ਼ਲਮ ਵਿੱਚ ਉਸਨੇ ਆਪਣੇ ਲੋਕਾਂ ਉਤੇ ਐਸਾ ਸ਼ਾਨਦਾਰ ਅਸਰ ਛੱਡਿਆ ਜੋ ਪਹਿਲਾਂ ਕਿਸੇ ਬਾਦਸ਼ਾਹ ਕੋਲ ਨਹੀਂ ਹੋ ਸਕਿਆ ਉਹ ਬੜਾ ਸਦਾਚਾਰੀ ਨੇਕ ਬਾਦਸ਼ਾਹ ਪਹੁੰਚਿਆ ਹੋਇਆ ਹੋ ਨਬੀ ਅਤੇ ਪ੍ਰਭਾਵਸ਼ਾਲੀ ਕਵੀ ਸੀ ਉਸਨੇ ਕਈ ਲੇਖ ਲਿਖੇ ਜਿਨ੍ਹਾਂ ਵਿੱਚੋਂ ਜਬੂਰ ਸਭ ਤੋਂ ਪ੍ਰਸਿੱਧ ਹਨ ਹੁਣ ਅਸੀਂ ਇਸ ਅਧਿਆਇ ਦੇ ਸਵਾਲ ਜਵਾਬ ਕਰਾਂਗੇ ਸਵਾਲ ਪਹਿਲਾ ਯੋਆਬ ਦੇ ਪਰਾ ਅਜ਼ਾਇਲ ਨੂੰ ਕਿਸ ਨੇ ਕਤਲ ਕੀਤਾ ਜਵਾਬ ਯੋਆਬ ਦੇ ਪਰਾ ਅਜ਼ਾਇਲ ਨੂੰ ਅਬਨੇਰ ਨੇ ਕਤਲ ਕਰ ਦਿੱਤਾ ਸਵਾਲ ਦੂਸਰਾ ਅਬਨੇਰ ਨਾਲ ਕੌਣ ਪੈੜਾ ਸਲੂਕ ਕਰਦਾ ਸੀ ਜਵਾਬ ਇਸਬਾਲ ਆਪਣੇ ਨਾਲ ਪੈੜਾ ਸਲੂਕ ਕਰਦਾ ਸੀ ਸਵਾਲ ਤੀਸਰਾ ਇਸਬਾਲ ਦੀ ਮੌਤ ਕਿਸ ਤਰ੍ਹਾਂ ਹੋਈ ਜਵਾਬ ਜਦੋਂ ਇਸਬਾਲ ਸੁੱਤਾ ਹੋਇਆ ਸੀ ਉਸਦੇ ਆਪਣੇ ਦੋ ਅਫਸਰਾਂ ਨੇ ਉਸ ਦਾ ਸਿਰ ਵੱਢ ਦਿੱਤਾ ਸਵਾਲ ਚੌਥਾ 다우드 ਨੇ ਇਸ ਸੰਦੂਕ ਨੂੰ ਕਿੱਥੇ ਲੈ ਕੇ ਗਿਆ ਜਵਾਬ दाऊद ਨੇ ਇਸ ਸੰਦੂਕ ਨੂੰ ਯਰੂਸ਼ਲਮ ਵਿੱਚ ਲੈ ਆਇਆ। ਸਵਾਲ 5ਵਾਂ। ਦਾਊਦ ਦਾ ਸਭ ਤੋਂ ਵੱਡਾ ਵੈਰੀ ਕੌਣ ਸੀ? ਜਵਾਬ। ਸੋਬਾ ਦਾ ਬਾਦਸ਼ਾਹ। ਦਾਊਦ ਦਾ ਸਭ ਤੋਂ ਵੱਡਾ ਵੈਰੀ ਸੀ। ਸਵਾਲ 6ਵਾਂ। ਕਿਉਂ ਦਾਊਦ ਨੇ ਯੂਰੀਆ ਨੂੰ ਕਤਲ ਕਰਨ ਦਾ ਇਰਾਦਾ ਬਣਾਇਆ? ਜਵਾਬ। ਇਸ ਲਈ ਕਿ ਉਹ ਉਸ ਦੀ ਪਤਨੀ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਸੀ। ਸਵਾਲ 7ਮਾ 1 ਸਾਲ ਬਾਅਦ ਕੌਣ 다ਊਦ ਗੋਲ ਆਇਆ ਅਤੇ ਕਿਉਂ ਆਇਆ? ਜਵਾਬ 1 ਸਾਲ ਗੁਜ਼ਰ ਜਾਣ ਦੇ ਬਾਅਦ ਨਾਥਨ نبی 다ਊਦ ਗੋਲ ਆਇਆ ਅਤੇ ਉਸ ਨੂੰ ਉਸ ਦਾ ਗੁਨਾਹ ਯਾਦ ਕਰਾਇਆ। ਸਵਾਲ 8ਵਾਂ ਕੁਦਾ ਨੇ 다우드 ਨੂੰ ਦੰਡ ਦੇਣ ਦੇ ਲਈ ਕਿਹੜੀ ਬਿਮਾਰੀ ਭੇਜੀ ਅਤੇ ਕਿੰਨੇ ਲੋਕ ਮਾਰੇ ਗਏ? ਜਵਾਬ: ਕੁਦਾ ਨੇ ਉਸ ਨੂੰ ਦੰਡ ਦੇਣ ਦੇ ਲਈ ਮੁਲਕ ਵਿੱਚ ਪਲੇਗ ਦੀ ਬਿਮਾਰੀ ਭੇਜੀ ਜਿਸ ਨਾਲ 70 ਹਜ਼ਾਰ ਬੰਦੇ ਮਾਰੇ ਗਏ। ਸਵਾਲ 9ਵਾਂ: 다우드 ਦੀ ਮੌਤ ਕਦੋਂ ਹੋਈ? ਜਵਾਬ: 다우드 70 ਸਾਲ ਦੀ ਉਮਰ ਵਿੱਚ ਮਰ ਗਿਆ। ਸਵਾਲ 10ਵਾਂ 다우드 ਨੇ ਕਿੰਨੇ ਸਾਲ ਹਕੂਮਤ ਕੀਤੀ ਅਤੇ ਕਿੱਥੇ ਕੀਤੀ? ਜਵਾਬ ਉਸਨੇ 40 ਸਾਲ ਹਕੂਮਤ ਕੀਤੀ। 7 ਸਾਲ ਹਬਰੂਨ ਵਿੱਚ ਅਤੇ 33 ਸਾਲ ਯਰੂਸ਼ਲਮ ਵਿੱਚ। ਸੋ ਬੱਚਿਓ ਤੁਸੀਂ ਇਹਨਾਂ ਸਵਾਲ ਜਵਾਬ ਨੂੰ ਯਾਦ ਕਰਨਾ ਹੈ ਅਤੇ ਮੈਨੂੰ ਆਸ਼ਾ ਹੈ ਕਿ ਤੁਹਾਨੂੰ ਇਹ ਅਧਿਆਇ 8ਵਾਂ ਦਾ ਉਦਾਰਾਜ ਸਮਝ ਲਗਿਆ ਹੋਵੇਗਾ ਤਨਵਾਦ